ਵੀ ਨਦੀ ਆ ਇਹ ਤੇ ਥੋੜਾ ਹੀ ਆ ਪਾਣੀ ਮਾੜਾ ਮੋਟਾ ਚਾਰਾ ਆ ਚੱਲਦਾ ਬਸ ਐਫ ਜੀਨਾ। ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੀਪ ਗੰਗਾ ਨਗਰ ਤੋਂ। ਆਪਾਂ ਬਾਈ ਜੀ ਚੱਲੇ ਆਂਧਰਾ ਪ੍ਰਦੇਸ਼ ਦੇ ਟੂਰ ਤੋਂ ਤੇ ਆਪਣੀ ਗੱਡੀ ਲੱਗ ਚੁੱਕੀ ਹੈ ਜੈਪੁਰ ਤੋਂ ਮੈਸੂਰ। S6 ਦੇ ਵਿੱਚ ਆਪਣੀ ਟਿਕਟ ਹੈ, ਕਨਫਰਮ ਹੈ ਸੀਟ। ਆਪਾਂ ਚੱਲ ਕੇ ਉੱਥੋਂ ਦਾ ਕਲਚਰ ਤੁਹਾਨੂੰ ਵਿਖਾਉਂਗੇ, ਉੱਥੋਂ ਰਹਿਣ ਸਹਿਣ, ਉੱਥੋਂ ਦੀ ਖੇਤੀ। ਆਂਧਰਾ ਪ੍ਰਦੇਸ਼ ਦੀ 15 ਦਿਨਾਂ ਦਾ ਟੂਰ ਹੈ ਜੀ ਆਪਣਾ। ਗੱਡੀ ਤਿਆਰ ਖੜੀ ਹੈ ਜੀ, ਬੈਗ ਵਗੈਰਾ ਆਪਾਂ ਰੱਖਤੇ ਵਿੱਚ। ਆਹ ਵੇਖੋ ਜੀ, ਨਾਲ ਬਣੇ ਰਹੋ ਜਿਵੇਂ ਜਿਵੇਂ ਟੂਰ ਦੇ ਵਿੱਚ ਹਸੀਨ ਵਾਦ ਗਈ। ਲਓ ਵੀ ਮਿੱਤਰੋ, ਆਪਾਂ ਪਹੁੰਚ ਚੁੱਕੇ ਹਾਂ, 7:30 ਦੇ ਚੱਲੇ ਵੇ ਹੈ ਤੇ ਹੁਣ ਵੱਜ ਗਿਆ 9:30। ਇਹ ਆ ਗਿਆ ਸਟੇਸ਼ਨ ਸਵਾਈ ਮਾਧੇਪੁਰ ਜੰਕਸ਼ਨ। ਇੱਥੇ 2 ਮਿੰਟ ਖੜੂ, ਹੈ ਨਾ? 2 ਮਿੰਟ ਰੁਕਣਾ ਬਈ। ਠੀਕ, ਕਿੰਨੇ ਮਿੰਟ? 20 ਮਿੰਟ ਠੀਕ ਹੈ। ਚਲੋ ਵਿਖਾਉਣੇ ਇੱਥੇ ਹਿਰਨ ਬਣੇ ਵੇ, ਉੱਧਰਲੇ ਸਾਈਡ ਤੋਂ ਦੇਖਦੇ ਜਾ ਕੇ। ਮਤਲਬ 20 ਮਿੰਟਾਂ ਦਾ ਇੱਥੇ ਸਟੋਪੇਜ ਹੈ, ਇੰਜਣ ਚੇਂਜ ਹੋਊਗਾ ਸ਼ਾਇਦ। ਲੈ ਵੀ ਕਿਹੜੇ ਘੇਰ ਰੱਖੇ ਆ, ਆ ਜਾਓ ਬਾਹਰ ਮਿੱਤਰੋ, ਲਾ ਤੇ ਬਿਨਾਂ ਟਿਕਟ ਵਾਲੇ। ਚਲੋ ਵੀ ਇਹ ਤਾਂ ਚੱਲਦੇ ਹੀ ਰਹਿੰਦਾ। ਲਓ ਮਿੱਤਰੋ, ਸਵੇਰ ਹੋ ਚੁੱਕੀ ਹੈ ਅਤੇ ਸਵੇਰ ਹੁੰਦੇ ਆਪਾਂ ਆ ਗਏ ਹਾਂ ਮੱਧ ਪ੍ਰਦੇਸ਼ ਦੇ ਵਿੱਚ। ਬਰਸਾਤ ਇੱਥੇ ਵੀ ਚੰਗੀ ਹੈ, ਥੋੜ੍ਹੀ ਥੋੜ੍ਹੀ ਤੇ ਰਾਤ ਦੀ ਵੀ ਹੈ। ਦੇਖ ਸਕਦੇ ਹੋ ਖੇਤ ਵੇਖੋ, ਅਤੇ ਚੌਂਕੜੀਆਂ ਮੱਧ ਪ੍ਰਦੇਸ਼ ਦੇ ਖੇਤ। ਰਾਤ ਦਾ ਬੁਰਾ ਹਾਲ ਸੀ ਭਰਾ, ਗੱਡੀ ਦੇ ਵਿੱਚ ਗਰਮੀ ਸੀ, ਹੁਣ ਠੀਕ ਹੈ ਕੁਛ। ਭੀੜ ਭੜੱਕਾ ਬਹੁਤ ਸੀਗਾ, ਰਿਜ਼ਰਵੇਸ਼ਨ ਦਾ ਕੋਈ ਮਤਲਬ ਹੀ ਨਹੀਂ ਸੀ। ਇੱਧਰੋਂ ਲੋਕ ਲੱਗਦੇ ਸੀ ਚੜ੍ਹੀ ਜਾਂਦੇ। ਹੁਣ ਆਊਗਾ ਭੋਪਾਲ ਜੰਕਸ਼ਨ। ਇੱਕ ਉੱਥੇ ਨਵਾਂ ਸਟੇਸ਼ਨ ਬਣਿਆ ਹੈਗਾ ਜਿਹੜਾ ਰਾਣੀ ਕਮਲਾਪਤੀ, ਉਹਨਾਂ ਦੇ ਨਾਂ ਦੇ ਉੱਤੇ ਬਹੁਤ ਹੀ ਵਧੀਆ ਸਟੇਸ਼ਨ ਬਣਾਇਆ ਕਹਿੰਦੇ ਸਰਕਾਰ ਨੇ। ਉਹ ਆਊਗਾ ਲਗਭਗ 1.5 ਘੰਟੇ ਬਾਅਦ, ਉਹ ਵੀ ਬਣਾ ਕੇ। ਫੁੱਲ ਭੀੜ ਸੀ ਗੱਡੀ ਦੇ ਵਿੱਚ, ਫੁੱਲ। ਲਓ ਵੀ ਪੂਰੀ ਯਾਤਰਾ ਦੇ ਵਿੱਚ ਦੋ ਰਾਤਾਂ ਦਾ ਸਫ਼ਰ ਕਰਨ ਤੋਂ ਬਾਅਦ ਪਹਿਲਾ ਪਹਾੜ ਚਾਲੂ ਹੋ ਗਿਆ ਜੀ, ਭੋਪਾਲ ਨੇੜੇ ਆਉਣ ਵਾਲਾ ਜੀ। ਪਹਿਲਾ ਪਹਾੜ ਨਜ਼ਰ ਆ ਜੂਗਾ ਆਪਾਂ ਨੂੰ ਮੱਧ ਪ੍ਰਦੇਸ਼ ਦੇ ਵਿੱਚ। ਇਸ ਤੋਂ ਬਾਅਦ ਮਹਾਰਾਸ਼ਟਰ ਆਊਗਾ, ਫਿਰ ਆਂਧਰਾ ਆਊਗਾ, ਅਤੇ ਆਪਾਂ ਸਾਰਾ ਆਂਧਰਾ ਟੱਪ ਕੇ ਬੈਂਗਲੌਰ ਦੇ ਕਿਨਾਰੇ 'ਤੇ ਜਾਣਾ ਜਾਵਾਂ, ਰਹਿਣਾ ਆਂਧਰਾ 'ਚ ਹੀ ਹੈ। ਉਹ ਦੇਖੋ ਪਹਾੜ, ਅਤੇ ਪਹਾੜ ਦੇ ਉੱਤੇ ਬਣਿਆ ਹੋਇਆ ਮੰਦਰ।
इस तो बाद मेरे जंगल चालू होणगे पहाड़ ते वड्डियां वड्डियां खाइयां।